सब्सक्राइब करो निडर आवाज टीवी नू ते ताजा वीडियोस पाउन लई बेल दा बटन। तरनतारन पुलिस वालों जिले विच अंग्रेजी शराब दा नजायज कारोबार करन वालियां खिलाफ लगातार सकंजा कसया जा रहा है, जिस दे चलदियां नौशहरा पनुआ पुलिस चौकी वालों पिंड शेरों विच चलदी अंग्रेजी शराब दी ब्रांच विचों 181 बोतलां अंग्रेजी शराब जब्त करके ठेका सील करन दा मामला सामने आया है। इस बारे जानकारी देंदे हुए चौकी इंचार्ज जसप्रीत सिंह ने दस्सिया कि पिंड शेरों कलोनियां विच अगम ट्रेंड कंपनी वालों अपनी नजायज ब्रांच खोल के अंग्रेजी शराब की विक्री की जा रही थी। जब पुलिस वालों ब्रांच उपर रेड की गई तो करिंदे ठेके तो फरार हो गए। पुलिस वालों ठेके में पई वख वख ब्रांड की 181 बोतल अंग्रेजी शराब जब्त कर अणपछाते व्यक्तियों खिलाफ मामला दर्ज कर अगली कार्रवाई शुरू कर दी है। ਮਾਮਲਾ ਤਾਂ ਮੁਕਬਰ ਖਾਲਸਾ ਸਿੰਘ ਸਲਾਹ ਦਿੱਤੀ ਆ ਅਤੇ ਉਸ ਟੀਮ ਤਿਆਰ ਕਰਕੇ ਜਿਹੜੀ ਆ ਪਿੰਡ ਸਿਰੋਂ ਤੋਂ ਪਿੰਡ ਕਲੋਨੀਆਂ ਦੀਆਂ ਸਿਰੋਂ ਦੀਆਂ ਹੈਗੀਆਂ ਉੱਥੇ ਜਾ ਕੇ ਰੇਡ ਕੀਤਾ ਅਤੇ ਉਹਦੇ ਨਜਾਇਜ਼ ਜਿਹੜੀ ਬ੍ਰਾਂਚ ਖੁੱਲ੍ਹੀ ਅਤੇ ਜਿਹੜਾ ਮੇਨ ਦੋਸ਼ੀ ਪੁਲਿਸ ਨੂੰ ਵੇਖ ਕੇ ਮੌਕੇ ਤੋਂ ਭੱਜ ਗਏ ਆ ਅਤੇ ਉਹਦੇ ਤਹਿਤ ਜਿਹੜੀ ਆ ਜਦੋਂ ਮੌਕੇ 'ਤੇ ਰਿਕਵਰੀ ਕਰ ਲਈ ਉੱਥੇ ਕਿੰਨੀ ਫੜੀ ਗਈ ਸ਼ਰਾਬ ਸ਼ਰਾਬ 181 ਬੋਤਲਾਂ ਹੈਗੀਆਂ ਜੀ ਅੰਗਰੇਜ਼ੀ ਸ਼ਰਾਬ ਦੀਆਂ 104 ਜਿਹੜੀਆਂ ਵਾ ਦੇਸੀ ਸ਼ਰਾਬ ਦੀਆਂ ਹੈਗੀਆਂ। ਟੋਟਲ ਕਿੰਨੀ ਬਣੀ ਮਿਲੀਲੀਟਰ? ਮਿਲੀਲੀਟਰ ਬਣੀ ਜੀ 239,350 ਮਿਲੀਲੀਟਰ ਸ਼ਰਾਬ। ਹਾਂਜੀ ਹਾਂਜੀ। ਕਿਹੜੇ ਕਿਹੜੇ ਬ੍ਰਾਂਡ ਦੇ ਜੀ? ਇਹ ਤੇ ਹੈ ਬਲੈਕ ਹਾਊਸ ਤੇ ਰਾਇਲ ਗ੍ਰੀਨ ਤੇ ਮੈਕਡਾਵਲ ਤੇ ਸਿਗਨੇਚਰ ਆ ਤੇ ਆਲ ਸੀਜ਼ਨ, ਬਾਕੀ ਹੋਰ ਇੱਕ ਦੋ ਬ੍ਰਾਂਡ ਦੇ ਨਾਲ ਤੇ ਦੇਸੀ ਸ਼ਰਾਬ ਆ, ਪੰਜਾਬ ਕੈਸ਼, ਪੰਜਾਬ ਮੋਟਾ, ਖਾਸਾ, ਇਹੋ ਜਿਹੇ 3-4 ਬ੍ਰਾਂਡ ਆ ਜੀ। ਤੇ ਇਹ ਕਿੰਨਾ ਵੱਲੋਂ ਚਲਾਇਆ ਜਾ ਰਿਹਾ ਸਰ ਜਿਹੜਾ ਗੁਰਖ ਜੀ? ਸਾਹਮਣੇ ਇਹੀ ਗੱਲ ਆਈ ਹੈ, ਟ੍ਰੇਡਡ ਕੰਪਨੀ ਹੈ ਜੀ, ਉਹਦੇ ਵੱਲੋਂ ਚਲਾਇਆ ਜਾ ਰਿਹਾ। ਅਜੇ ਇੱਕ ਦੁਬਾਰਾ ਥਾਂ 'ਤੇ ਰੇਡ ਕੀਤੇ ਆ, ਅਜੇ ਇਹਦੇ ਮੇਨ ਜਿਹੜਾ ਉਹਦੀ ਭਾਲ ਕੀਤੀ ਜਾ ਰਹੀ ਹੈ। ਅਤੇ ਇਹਦੇ ਮਾਲਕ ਕੌਣ ਨੇ ਟ੍ਰੇਡਿੰਗ ਦੇ? ਮਾਲਕ ਅਜੇ ਕੋਈ ਸਾਹਮਣੇ ਨਹੀਂ ਆਇਆ ਜੀ। ਕੀ ਮਾਮਲਾ ਦਰਜ ਕੀਤਾ ਉਹਨੇ? ਮਾਮਲਾ ਕੀਤਾ ਜੀ 276 FIR ਦਰਜ ਕਰ ਲਈਏ, 61414 ਦਾ ਮੁਕਾਬਲਾ ਦਰਜ ਕਰ ਲਿਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।